ਕੰਮ ਆ ਜੀ, ਮਾਨ ਐਗਰੀਕਲਚਰ ਵਿਦਰਭਾ ਇੱਥੇ ਜੀ। ਸਾਡੇ 27 ਦੀ ਮੋਰਨਿੰਗ ਨੂੰ ਇੱਥੇ ਸਾਡੇ ਚੋਰੀ ਹੋਈ ਹੈ ਜੀ, 2 ਮਸ਼ੀਨਾਂ ਜਗਤਜੀਤ ਕੰਪਨੀ ਦੀਆਂ, ਇੱਕ ਆਪਣੀ ਅਲਟੋ ਕਾਰ ਆਈ ਆ ਅਤੇ ਇੱਕ ਟਰੈਕਟਰ ਆਇਆ ਜੀ, ਉਹ ਇੱਥੇ ਚੋਰੀ ਕਰਕੇ ਲੈ ਗਏ ਆ। ਪੁਲਿਸ ਨੂੰ ਅਸੀਂ ਕੰਪਲੇਂਟ ਕਰਤੀ ਆ ਅਤੇ ਅਸੀਂ ਵੀ ਆਪਦਾ ਜਿੰਨਾ ਕੁ ਲਾਈ ਜਾਂਦੇ ਜ਼ੋਰ ਲਾਈ ਜਾਂਦੇ ਹਾਂ ਜੀ, ਅਤੇ ਸਾਡੇ ਨੂੰ 50,000 ਰੁਪਈਆ ਜਿਹੜਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਦੇਊਗਾ ਉਹਦੇ ਨੂੰ ਨਾਮ ਰੱਖਿਆ ਗਿਆ ਜੀ ਇਸ ਚੋਰੀ ਬਾਰੇ ਜੀ। ਕੋਈ CCTV ਆਈ ਹੈ ਜੀ? ਪਤਾ ਲੱਗਿਆ? ਹਾਂ, CCTV ਸਾਡੇ CCTV ਤੋਂ ਸਾਨੂੰ ਪਤਾ ਲੱਗਿਆ ਜੀ, ਅਸੀਂ ਚੈੱਕ ਕੀਤੀ ਹੈ ਸੁਬਹਾ, CCTV ਤੋਂ ਪਤਾ ਲੱਗਿਆ ਜੀ ਸਾਰਾ। ਇੱਕ ਨਾ ਸਾਡੇ ਕੋਲ ਮਸ਼ੀਨਾਂ ਚੋਰੀ ਹੋਣ ਵਾਸਤੇ ਜਿਹੜੀ ਇਹਨਾਂ ਦੀ ਮਨਪ੍ਰੀਤ ਸਿੰਘ ਮਾਨ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਜਲਜੇ ਵਾਲਾ, ਜਿਹਨਾਂ ਦੀ ਦੁਕਾਨ ਆਪਣੇ ਗਿੱਦੜਵਾ ਹੈ, ਉਹ ਸੇਲ 'ਤੇ ਮਸ਼ੀਨਾਂ ਨਵੀਆਂ ਲੈ ਕੇ ਆਏ ਸੀ। ਉਹਨਾਂ ਦੀ ਚੋਰੀ ਦੀ ਕੰਪਲੇਂਟ ਆਈ ਸਾਡੇ ਕੋਲ ਅਤੇ ਉਹਨਾਂ ਮਸ਼ੀਨਾਂ ਦੇ ਚੋਰੀ ਹੋਣ ਸੰਬੰਧੀ ਸਾਡੇ ਕੋਲ ਕੰਪਲੇਂਟ ਆਈ ਸੀ। ਉਹਨਾਂ ਦੇ ਅਸੀਂ ਜਿਹੜੇ ਕੈਮਰੇ ਚੈੱਕ ਕੀਤੇ ਜਾ ਰਹੇ ਹੈ, ਅਸੀਂ ਜਲਦੀ ਹੀ ਉਹਨਾਂ ਨੂੰ ਰਿਕਵਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।